ਸਤਿ ਸ਼੍ਰੀ ਅਕਾਲ ਦੋਸਤੋ, ਇਸ ਤੋਂ ਪਹਿਲਾਂ ਕਿ ਕੋਵਿਡ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂ, ਇੱਕ ਬੇਨਤੀ ਕਰਨੀ ਚਾਹਾਂਗਾ। ਸ਼ੁੱਕਰਵਾਰ ਸਾਰਾ ਹੀ ਦਿਨ ਇੱਕ ਮੈਸੇਜ ਬਹੁਤ ਵਾਇਰਲ ਹੋਇਆ ਸੋਸ਼ਲ ਮੀਡੀਆ 'ਤੇ ਕਿ ਸ਼ਨੀਵਾਰ ਲੋਕਡਾਊਨ ਰਹੇਗਾ, ਜਿਸ ਦੀ ਪੜਤਾਲ ਕੀਤੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਚੈੱਕ ਕੀਤਾ ਗਿਆ ਕਿ ਇਹ ਖਬਰ ਸੱਚ ਹੈ ਕਿ ਝੂਠ ਹੈ। ਜਦ ਸਾਡੀ ਗੱਲਬਾਤ ਹੋਈ DCP ਲਾਅ ਐਂਡ ਆਰਡਰ ਸਰਦਾਰ ਜਗਮੋਹਨ ਸਿੰਘ ਜੀ ਦੇ ਨਾਲ, ਤਾਂ ਉਹਨਾਂ ਆਖਿਆ ਕਿ ਸ਼ਨੀਵਾਰ ਜਿੱਦਾਂ ਰੂਟੀਨ 'ਚ ਖੁੱਲ੍ਹੇ ਨੇ ਵਰਕਿੰਗ ਡੇ, ਉਸ ਤਰ੍ਹਾਂ ਵਰਕਿੰਗ ਹੋਏਗੀ, ਐਤਵਾਰ ਪੂਰਾ ਲੋਕਡਾਊਨ ਹੋਏਗਾ। ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਐਵੇਂ ਨਾ ਖਬਰ ਫਟਾਫਟ ਫਾਰਵਰਡ ਕਰ ਦਿਆ ਕਰੋ, ਅਥੈਂਟੀਕੇਸ਼ਨ ਕਨਫਰਮ ਜ਼ਰੂਰ ਕਰਿਆ ਕਰੋ। 10 ਜੁਲਾਈ ਦੀ ਸ਼ਾਮ ਨੂੰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਜਿਹੜਾ ਕੋਵਿਡ ਬੁਲੇਟਿਨ ਜਾਰੀ ਕੀਤਾ ਗਿਆ, ਉਸ ਅਨੁਸਾਰ 16 ਨਵੇਂ ਪੋਜ਼ਿਟਿਵ ਕੇਸ ਪਿਛਲੇ 24 ਘੰਟਿਆਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ, ਜਿਨ੍ਹਾਂ ਦੇ ਵਿੱਚ 14 ਸਿਮਟੋਮੈਟਿਕ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ, ਅਤੇ 2 ਉਹੋ ਜਿਹੇ ਹੋਰ ਕੇਸ ਪੋਜ਼ਿਟਿਵ ਆਏ ਜਿਹੜੇ ਪੁਰਾਣੇ ਕੰਟੈਕਟ ਦੇ ਵਿੱਚ ਆਏ ਸਨ। ਇਸ ਤਰ੍ਹਾਂ ਟੋਟਲ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਗੱਲ ਕਰੀਏ 1076 ਹੁਣ ਤੱਕ ਅੰਮ੍ਰਿਤਸਰ ਦੇ ਵਿੱਚ ਜਿਹੜੇ ਪੋਜ਼ਿਟਿਵ ਕੇਸ ਹੋਏ ਹਨ 1076। 874 ਲੋਕ ਸਿਹਤਮੰਦ ਹੋ ਕੇ ਵਾਪਸ ਘਰਾਂ ਨੂੰ ਪਰਤ ਗਏ ਹਨ। 150 ਪੋਜ਼ਿਟਿਵ ਕੇਸਾਂ ਦਾ ਵੱਖ ਵੱਖ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਕੋਵਿਡ ਦੇ ਹੱਥੋਂ ਜਿਹੜੇ ਲੋਕ ਆਪਣੀ ਜਾਨ ਗੁਆ ਬੈਠੇ, ਪਹਿਲੇ ਉਹਨਾਂ ਦੀ ਗਿਣਤੀ 50 ਸੀ, 2 ਲੋਕ ਹੋਰ ਪਿਛਲੇ 24 ਘੰਟਿਆਂ ਦੇ ਵਿੱਚ ਕੋਵਿਡ ਦੀ ਮਹਾਂਮਾਰੀ ਦੀ ਜੰਗ ਹਾਰ ਗਏ ਅਤੇ ਆਪਣੀ ਜਾਨ ਗੁਆ ਬੈਠੇ। ਉਹਨਾਂ ਦੇ ਵਿੱਚ ਧਰਮਵੀਰ, ਉਮਰ 72 ਸਾਲ, ਵਿਜੇ ਨਗਰ ਦੇ ਰਹਿਣ ਵਾਲੇ ਸੀ। ਇੱਕ ਬੌਬੀ, ਉਮਰ 48 ਸਾਲ, ਲਾਹੌਰੀਆਂ ਵਾਲੀ ਗਲੀ ਦੇ ਰਹਿਣ ਵਾਲੇ ਸਨ। ਇਹ ਦੋਨੋਂ ਪੋਜ਼ਿਟਿਵ ਕੇਸ ਇਸ ਜੰਗ ਨੂੰ ਹਾਰ ਗਏ ਅਤੇ ਆਪਣੀ ਜਾਨ ਗੁਆ ਬੈਠੇ। ਜਿਹੜੇ 16 ਨਵੇਂ ਪੋਜ਼ਿਟਿਵ ਕੇਸ ਆਏ, ਉਹਨਾਂ ਦੇ ਵਿੱਚ 14 ਜਿਵੇਂ ਪਹਿਲਾਂ ਦੱਸਿਆ ਸਿਮਟੋਮੈਟਿਕ, ਇੱਕ ਗੁਰਬਖਸ਼ ਨਗਰ, ਇੱਕ ਜੰਡਿਆਲਾ ਗੁਰੂ, ਇੱਕ ਭੱਲਾ ਕਲੋਨੀ ਸ਼ਰਟਾ, ਇੱਕ ਡੇਰਾ ਹੌਸਪੀਟਲ ਬਿਆਸ, ਇੱਕ ਚਮਿਆਰੀ ਅਜਨਾਲਾ, ਇੱਕ ਸ਼ੂਗਰ ਮਿਲ ਸ਼ਰਹਟਾ, ਇੱਕ ਲਾਹੌਰੀਆਂ ਵਾਲੀ ਗਲੀ ਸ਼ਰਹਟਾ ਚੌਂਕ, ਇੱਕ ਭਗਤਾਂ ਵਾਲਾ, ਇੱਕ ਪਰਾੜੀਵਾਲ, ਇੱਕ ਜੰਡਿਆਲਾ, ਇੱਕ ਮਜੀਠਾ ਰੋਡ, ਇੱਕ ਗੰਡਾ ਸਿੰਘ ਕਲੋਨੀ ਅਤੇ ਇੱਕ ਗ੍ਰੀਨ ਸਿਟੀ ਅਜਨਾਲਾ। ਇਹ 14 ਕੇਸ ਸਿਮਟੋਮੈਟਿਕ ਜਿਹੜੇ ਪੋਜ਼ਿਟਿਵ ਹੋਏ। 2 ਲੋਕ ਜਿਹੜੇ ਪ੍ਰੀਤ ਨਗਰ ਬਟਾਲਾ ਰੋਡ ਦੇ ਪੋਜ਼ਿਟਿਵ ਕੇਸ ਦੇ ਕੰਟੈਕਟ 'ਚ ਆਏ ਸਨ, 2 ਉਹ ਪੋਜ਼ਿਟਿਵ ਹੋਏ। ਇਸ ਤਰ੍ਹਾਂ ਟੋਟਲ ਪਿਛਲੇ 24 ਘੰਟਿਆਂ 'ਚ ਪੋਜ਼ਿਟਿਵ ਕੇਸ 16। ਗਿਣਤੀ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ, ਹੁਣ ਤੱਕ ਟੋਟਲ ਪੋਜ਼ਿਟਿਵ ਕੇਸ ਅੰਮ੍ਰਿਤਸਰ ਦੇ ਵਿੱਚ 1076, ਸਿਹਤਮੰਦ ਹੋ ਕੇ ਘਰਾਂ ਨੂੰ ਵਾਪਸ ਪਰਤੇ 874, ਪੋਜ਼ਿਟਿਵ ਕੇਸ 150 ਜਿਨ੍ਹਾਂ ਦਾ ਇਲਾਜ ਚੱਲ ਰਿਹਾ ਇਸ ਵੇਲੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਅਤੇ 52 ਲੋਕ ਜਿਨ੍ਹਾਂ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਇਸ ਮਹਾਂਮਾਰੀ ਦੇ ਹੱਥੋਂ ਆਪਣੀ ਜਾਨ ਗੁਆ ਲਈ। ਦੋਸਤੋ, ਵਾਰ ਵਾਰ ਇੱਕੋ ਹੀ ਬੇਨਤੀ, ਇੱਕੋ ਹੀ ਰਿਕੁਐਸਟ, ਸਾਥ ਜੋੜ ਕੇ ਜਿੱਥੇ ਜਿੱਥੇ ਘਾਟ ਆਉਂਦੀ ਹੈ ਉਹਨੂੰ ਜ਼ਰੂਰ ਦੂਰ ਕਰੋ, ਜਿੱਥੇ ਲਾਪਰਵਾਹੀ ਹੈ ਉਸ ਨੂੰ ਖਤਮ ਕਰੋ, ਅਤੇ ਜ਼ਿੰਮੇਵਾਰੀ ਨਾਲ ਆਪ ਵੀ ਸੰਭਲੋ ਅਤੇ ਲੋਕਾਂ ਨੂੰ ਵੀ ਜਾਗਰੂਕ ਕਰੋ, ਤਾਂ ਜੋ ਇਹ ਜਿਹੜੀ ਮਹਾਂਮਾਰੀ ਹੈ ਆਪਣੇ ਪੈਰ ਪਸਾ ਰਹੀ ਹੈ, ਅਸੀਂ ਇਸ ਦੇ ਪੈਰ ਰੋਕ ਸਕੀਏ ਅਤੇ ਆਪਣੇ ਅੰਮ੍ਰਿਤਸਰ ਨੂੰ ਸਿਹਤਮੰਦ ਕਰ ਸਕੀਏ। ਫਾਸਟ ਨਿਊਜ਼ ਲਈ ਕੈਮਰਾਮੈਨ ਨਰੇਸ਼ ਦੇ ਨਾਲ ਨੀਟਾ ਸਿੰਘ।